सिविल अस्पताल तरनतारण विखे कोरोना पॉजिटिव मरीजों के इलाज लई बनाए आइसोलेशन वार्ड विचों एक पॉजिटिव मरीज ने भज्जण की कोशिश की। वार्ड के स्टाफ नाल जबरदस्ती करदे भज्जण का यह मामला सामने आया है। हालांकि वार्ड में तैनात स्टाफ की मुस्तैदी के चलद पुलिस वालों वार्ड विचों भज के जा रहे मरीज को बाहरले गेट से रोक लिया गया, जिस तों बाद एक घंटे की कड़ी पुछगिछ तों बाद पुलिस वालों मरीज को मुड़ वार्ड विच जाण लई राजी किया गया। दसिया जा रहा कि वार्ड विचों भज्जण की कोशिश करने वाले मरीज की पहचान पिंड ठक्करपुर निवासी हरपाल सिंह वजो हुई है, जिसनों समझाने लई पुलिस को बेहद मशक्कत करनी पई। ਅਸੀਂ ਮਰੀਜ਼ ਦਾਖਲ ਸੀ ਆਈਸੋਲੇਸ਼ਨ ਵਾਰਡ ਦੇ ਵਿੱਚ, ਉਸ ਨੂੰ ਭੱਜਣ ਦੀ ਕੋਸ਼ਿਸ਼ ਕੀਤੀ। ਕੌਣ ਵਿਅਕਤੀ ਸੀ, ਕੀ ਪਤਾ ਲੱਗਾ, ਕੀ ਕਾਰਨ ਹੈ ਉਹਨੇ ਭੱਜਣ ਦੀ ਕਿਉਂ ਕੋਸ਼ਿਸ਼ ਕੀਤੀ? ਦੇਖੋ, ਅੱਜ ਇੱਕ ਹਰਪਾਲ ਸਿੰਘ ਨਾਂ ਦਾ ਮਰੀਜ਼ ਆਈਸੋਲੇਸ਼ਨ ਵਾਰਡ ਦੇ ਵਿੱਚੋਂ ਇਹ ਬਾਹਰ ਨਿਕਲ ਕੇ ਜਬਰਦਸਤੀ ਸਟਾਫ ਨਾਲ ਮੰਦੀ ਚੰਗੀਆਂ ਗੱਲਾਂ ਕਰਕੇ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਹਿਲੇ ਦਿਨਾਂ ਤੋਂ ਹੀ ਧਮਕੀਆਂ ਦੇ ਰਿਹਾ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਔਰ ਜਿੱਦਾਂ ਕਿ ਮੈਂ ਸਿਵਲ ਸਿੰਘ ਸਾਹਿਬ ਦੇ ਨੋਟਿਸ 'ਚ ਵੀ ਲਿਆਂਦਾ, ਫਿਰ ਡੀ ਐੱਸ ਪੀ ਸੁੱਚਾ ਸਿੰਘ ਬਲ ਦੇ ਵੀ ਨੋਟਿਸ 'ਚ ਲਿਆਂਦਾ ਕਿ ਉਹਨਾਂ ਦੀ ਜਿਹੜੀ ਫੋਰਸ ਸੀਗੀ ਉਹ ਫੋਰਸ ਜਿਹੜੀ ਹੈ ਉਹਨਾਂ ਨੂੰ ਮੈਂ ਕਿਹਾ ਕਿ ਇਹ ਫੋਰਸ ਜਿਹੜੀ ਗੇਟ ਦੇ ਲਾਗੇ ਹੋਣੀ ਚਾਹੀਦੀ, ਜਿਹੜੀ ਕਿ ਅੱਜ ਥੋੜ੍ਹੀ ਦੂਰ ਸੀਗੀ, ਉਹ ਉਹਨਾਂ ਨੇ ਪਿੱਛੇ ਭੱਜ ਕੇ ਇਹਨੂੰ ਫੜ ਲਿਆ ਅਤੇ ਅੰਦਰ ਇਹਨਾਂ ਨੇ ਉਹਨਾਂ ਨੂੰ ਪਹੁੰਚਾ ਦਿੱਤਾ। ਅਤੇ ਇਹ ਜਿਹੜੇ ਚਾਰ ਪੰਜ ਇਹਨਾਂ ਦੇ ਨਾਲ ਹਰਪਾਲ ਸਿੰਘ ਵਗੈਰਾ ਦੇ ਨਾਲ ਹੋਰ ਵੀ ਪੰਜ ਸੱਤ ਵਿਅਕਤੀ ਹੈ ਜਿਹੜੇ ਜਾਣ ਬੁੱਝ ਕੇ ਹੱਕ ਤੋਂ ਪਾਉਂਦੇ ਆ, ਲਾ ਐਂਡ ਆਰਡਰ ਦੀ ਪ੍ਰੋਬਲਮ ਕ੍ਰੀਏਟ ਕਰਦੇ ਆ ਅਤੇ ਸਾਡੇ ਸਟਾਫ ਨੂੰ ਵੀ ਜਾਂਦੇ ਧਮਕਾਉਂਦੇ ਹੈ। ਉਹਨਾਂ ਨੂੰ ਆਪਾਂ ਵਾਰ ਵਾਰ ਕਾਉਂਸਲਿੰਗ ਵੀ ਕਰ ਰਹੇ ਹਾਂ, ਪਰ ਆਸ ਹੈ ਕਿ ਇਹਨਾਂ ਦੇ ਜਲਦੀ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਕੰਟਰੋਲ ਕੀਤਾ। ਸਰ, ਕੀ ਕੋਈ ਕਾਰਨ ਮਤਲਬ ਹੈ ਕਿ ਭੱਜਣ ਦੀ ਕੋਸ਼ਿਸ਼ ਕਰਦਾ? ਮੈਂ ਆਪਣੇ ਦੋ ਤਿੰਨ ਆਫਿਸਰ ਦੀ ਡਿਊਟੀ ਲਾਈ ਹੈ, ਇਨਵੈਸਟੀਗੇਸ਼ਨ ਕਰ ਰਹੇ ਆ, ਕਾਉਂਸਲਿੰਗ ਕਰ ਰਹੇ ਆ, ਪਰ ਮੇਨ ਪ੍ਰਾਈਮਰ ਫੇਸੀ ਇਹ ਪਤਾ ਲੱਗਾ ਕਿ ਪੰਜ ਸੱਤ ਬੰਦੇ ਜਿਹੜੇ ਆ ਜਾਣ ਬੁੱਝ ਕੇ ਕਰਦੇ ਇਹ। ਹਰਪਾਲ ਸਿੰਘ ਫੌਜੀ ਆ, ਸਾਨੂੰ ਅਜੀਤ ਸਿੰਘ ਠੱਕਰਕੌੜੇ ਦਾ, ਥਾਣਾ ਸਦਰ ਪੱਟੀ ਦਾ, ਇਹ ਛੁੱਟੀ ਆ ਅਤੇ ਇਹ ਕਰੋਨਾ ਪੋਜ਼ੀਟਿਵ ਆ, ਇਹਨੂੰ ਇੱਥੇ ਦਾਖਲ ਕਰਾਇਆ ਵਾ ਅਤੇ ਇਹਦਾ ਘਰ ਦੀ ਅਤੇ ਬੱਚਾ ਜਿਹੜਾ ਉੱਧਰ ਮਮਤਾ ਨਿਕੇਤਰ ਗਿਆ, ਇਹਨੇ ਇਸ ਕਰਕੇ ਭੱਜਣ ਦੀ ਇੱਥੋਂ ਕੋਸ਼ਿਸ਼ ਕੀਤੀ ਵੀ ਸਾਨੂੰ ਆਪਣੇ ਬੱਚੇ ਨੂੰ ਮਿਲ ਜਾਓ, ਮੈਂ ਆਪਣੇ ਬੱਚੇ ਕੋਲ ਰਹਿਣਾ ਚਾਹੁੰਦਾ। ਇਸ ਕਰਕੇ ਇਹਨੂੰ ਚਲੋ ਸਮਝਾ ਕੇ ਇਹਨੂੰ ਵਾਪਸ ਵਿੱਚ ਭੇਜਤਾ ਵਾ ਅਤੇ ਬਾਕੀ ਉਹਦੇ ਬੱਚੇ ਬਾਰੇ ਗੱਲ ਕਰਦੇ ਆ ਅਫਸਰਾਂ ਨਾਲ, ਘਰ ਦੀ ਬੱਚੇ ਇਹਨਾਂ ਨੂੰ ਇਕੱਠੇ ਵਿੱਚ ਇਕੱਠਾ ਕੀਤਾ ਜਾਊਗਾ। ਕੀ ਸਕਿਉਰਟੀ ਕੀ ਪ੍ਰਬੰਧ ਕੀਤੇ ਗਏ ਇਹਨਾਂ ਦੀ? ਸਕਿਉਰਟੀ ਪੂਰੀ ਲੱਗੀ ਆ, ਗਾਰਦਾਂ ਲੱਗੀਆਂ ਵਾ, ਚਾਰ ਸਵੇਰੇ ਫੋਰਸ ਵੀ ਲੱਗੀ, ਸਾਰੀ ਉਹ ਪ੍ਰਬੰਧ ਕੀਤੇ ਗਏ ਆ, ਕੋਈ ਭੱਜੂਗਾ ਨਹੀਂ, ਇੱਦਾਂ ਭੱਜ ਨਹੀਂ ਦਿੰਦੇ ਗਏ। तरन तारण तो पवन कुमार की स्पैशल रिपोर्ट के नाल ब्यूरो रिपोर्ट द टीवी NRI।